ਆਪਣੀ ਜ਼ਿੰਦਗੀ ਦੇ ਸਫ਼ਰ ਦੇ ਦੌਰਾਨ ਇਹਨਾਂ 11 ਗੱਲਾਂ ਨੂੰ ਯਾਦ ਰੱਖੋ। ਨੰਬਰ 1, ਮਨ ਦੇ ਵਿਚਾਰ ਘੱਟ ਕਰਨੇ ਹੋਣ ਤਾਂ ਸਾਨੂੰ ਨਾਮ ਸਿਮਰਨ ਤੇ ਧਿਆਨ ਕਰਨਾ ਚਾਹੀਦਾ ਹੈ। ਨੰਬਰ 2, ਜੇ ਕਦੀ ਦਿਲੋਂ ਸੇਵਾ ਕਰਨ ਨੂੰ ਮਨ ਕਰੇ ਤਾਂ ਕਿਸੇ ਲੋੜਵੰਦ ਲਾਚਾਰ ਦਾ ਕੋਈ ਕੰਮ ਸਵਾਰ ਦਿਓ, ਅੰਦਰੋਂ ਤੁਹਾਨੂੰ ਸਕੂਨ ਮਿਲੇਗਾ। ਨੰਬਰ 3, ਜੇ ਸਾਹਮਣੇ ਵਾਲਾ ਬੰਦਾ ਤੁਹਾਨੂੰ ਗੁੱਸਾ ਦਿਖਾਵੇ ਤਾਂ ਕੁਝ ਸਮਾਂ ਸ਼ਾਂਤ ਰਹੋ, ਇਸ ਤਰ੍ਹਾਂ ਕਰਨ ਦੇ ਨਾਲ ਉਸਦਾ ਗੁੱਸਾ ਵੀ ਸ਼ਾਂਤ ਹੋ ਜਾਵੇਗਾ। ਨੰਬਰ 4, ਜਦੋਂ ਵੀ ਕੋਈ ਰਿਸ਼ਤਾ ਖਤਮ ਹੁੰਦਾ ਹੈ ਤਾਂ ਕੋਈ ਲੈਣ ਦੇਣ ਜਾਂ ਸ਼ਬਦਾਂ ਦੀ ਚੋਟ ਕਰਕੇ ਖਤਮ ਹੁੰਦਾ ਹੈ। ਨੰਬਰ 5, ਜੇ ਕੋਈ ਜੀਵ ਦਿਨ ਦੇ ਵਿੱਚ 10 ਵਾਰ ਮੈਂ ਕਹਿ ਕੇ ਗੱਲ ਕਰਦਾ ਹੈ ਤਾਂ ਸਮਝੋ ਹੰਕਾਰ ਸਿਖਰਾਂ ਤੇ ਹੈ। ਨੰਬਰ 6, ਮਾਲਕ ਦੇ ਭਾਣੇ ਵਿੱਚ ਰਹਿਣ ਵਾਲਾ ਜੀਵ ਹਮੇਸ਼ਾ ਹੀ ਮਾਲਕ ਦਾ ਸ਼ੁਕਰਾਨਾ ਕਰਦਾ ਹੈ। ਨੰਬਰ 7, ਪਰਮਾਤਮਾ ਕਦੇ ਵੀ ਕਿਸੇ ਦਾ ਕੋਈ ਵੀ ਨੁਕਸਾਨ ਨਹੀਂ ਕਰਦਾ, ਜੀਵ ਆਪਣੇ ਕਰਮ ਆਪ ਲਿਖਦਾ ਹੈ ਤੇ ਆਪ ਹੀ ਭੋਗਦਾ ਹੈ। ਨੰਬਰ 8, ਸਾਡੇ ਬੱਚਿਆਂ ਦੇ ਜੀਵਨ ਦਾ ਸਫ਼ਰ ਕਿਹੋ ਜਿਹਾ ਹੋਵੇਗਾ, ਇਹ ਤਾਂ ਮਾਂ ਬਾਪ ਦੇ ਸੁਭਾਅ ਦੇ ਉੱਤੇ ਨਿਰਭਰ ਕਰਦਾ ਹੈ। ਨੰਬਰ 9, ਰੋਜ਼ਾਨਾ ਗੁਰਬਾਣੀ ਪੜ੍ਹਨ ਦੇ ਨਾਲ ਮਨ ਸਾਡਾ ਗਿਆਨਵਾਨ ਹੁੰਦਾ ਹੈ। ਨੰਬਰ 10, ਵਾਹਿਗੁਰੂ ਸਿਮਰਨ ਸਾਡੇ ਮਨ ਦੇ ਵਿਚਾਰ ਘਟਾ ਕੇ ਸੁੱਖ ਸਮੁੰਦਰ ਦੇ ਵਿੱਚ ਡੁੱਬਕੀ ਲਗਾਉਂਦਾ ਹੈ। ਨੰਬਰ 11, ਮਨ ਦੀ ਬੇਚੈਨੀ ਜਾਂ ਘਬਰਾਹਟ ਸਾਡੇ ਮਨ ਦੇ ਖਿਆਲ ਹੁੰਦੇ ਨੇ ਜੋ ਸਾਡੇ ਮਨ ਦੇ ਅੱਗੇ ਤਸਵੀਰਾਂ ਬਣ ਆਉਂਦੇ ਨੇ। ਇਹਨਾਂ 11 ਗੱਲਾਂ ਨੂੰ ਅਸੀਂ ਯਾਦ ਰੱਖ ਕੇ ਆਪਣੇ ਜੀਵਨ ਦਾ ਸਫ਼ਰ ਵਧੀਆ ਤੈਅ ਕਰ ਸਕਦੇ ਹਾਂ। ਪਰ ਜੀਵਨ ਦਾ ਸਫ਼ਰ ਗੁਰਬਾਣੀ ਸਾਨੂੰ ਦੱਸਦੀ ਹੈ ਕਿ ਗੁਰੂ ਤੋਂ ਬਿਨਾਂ ਤੁਸੀਂ ਮੁਕਤ ਨਹੀਂ ਹੋ ਸਕਦੇ, ਕਿਉਂਕਿ ਗੁਰੂ ਦੇ ਨਾਮ ਤੋਂ ਬਿਨਾਂ, ਗੁਰੂ ਦੇ ਗੁਰਮੰਤਰ ਤੋਂ ਬਿਨਾਂ ਸਾਨੂੰ ਉਹ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ। ਇਸ ਕਰਕੇ ਆਪਣੇ ਜੀਵਨ ਦੇ ਸਫ਼ਰ ਦੇ ਦੌਰਾਨ ਦੇਖੋ, ਜੀਵਨ ਦਾ ਸਫ਼ਰ ਹਰ ਇੱਕ ਜੀਵ ਦਾ ਚੱਲੀ ਜਾਂਦਾ। ਆਪਾਂ ਇੱਥੇ ਵੇਖਦੇ ਹਾਂ ਕਿ ਕਈ ਜੀਵ ਆਉਂਦੇ ਆ ਤੇ ਕਈ ਜਾਂਦੇ ਆ। ਆਪਣੇ ਸਾਰਿਆਂ ਦੇ ਸਫ਼ਰ, ਕਿਸੇ ਦਾ ਹਜੇ ਸ਼ੁਰੂ ਹੋਇਆ ਆ, ਕੋਈ ਅੱਧ ਵਿੱਚ ਪਹੁੰਚਾ ਆ, ਕੋਈ ਅਖੀਰ ਤੇ ਪਹੁੰਚਾ ਆ। ਪਰ ਅਸੀਂ ਸੋਚੀਏ ਕਿ ਕੀ ਅਸੀਂ ਆਪਣੇ ਜੀਵਨ ਦੇ ਸਫ਼ਰ ਦੇ ਦੌਰਾਨ ਕੀ ਅਸੀਂ ਗੁਰੂ ਦੇ ਕੋਲ ਗਏ, ਕੀ ਅਸੀਂ ਮੰਗਣ ਵਾਲੀ ਚੀਜ਼ ਮੰਗੀ ਜਾਂ ਨਹੀਂ ਮੰਗੀ। ਕਿਉਂਕਿ ਗੁਰੂ ਸਾਹਿਬ ਜੀ ਸਮਝਾਉਂਦੇ ਨੇ ਕਿ ਤੁਸੀਂ ਗੁਰੂ ਦੀ ਸ਼ਰਨ ਵਿੱਚ ਤਾਂ ਆਉਂਦੇ ਹੋ ਪਰ ਮੰਗਣ ਵਾਲੀ ਚੀਜ਼ ਨਹੀਂ ਮੰਗਦੇ। ਹੁਣ ਗੁਰਬਾਣੀ ਦੇ ਵਿੱਚ ਸਾਨੂੰ ਕੀ ਚੀਜ਼ ਮੰਗਣ ਵਾਸਤੇ ਕਿਹਾ? ਜੇ ਆਪਾਂ ਗੁਰਬਾਣੀ ਦੇ ਮੁਤਾਬਕ ਗੱਲ ਕਰੀਏ ਤਾਂ ਜਦੋਂ ਵੀ ਆਪਾਂ ਗੁਰੂ ਦੀ ਸ਼ਰਨ ਦੇ ਵਿੱਚ ਜਾ ਕੇ ਪੈਣਾ ਹੈ ਤਾਂ ਅਸੀਂ ਨਾਮ ਦੀ ਦਾਤ ਮੰਗਣੀ ਹੈ, ਅਸੀਂ ਸਿਮਰਨ ਮੰਗਣਾ ਹੈ, ਅਸੀਂ ਗੁਰਮੁਖਾਂ ਦੀ ਸੰਗਤ ਮੰਗਣੀ ਹੈ ਤੇ ਸਹਿਜ ਮੰਗਣਾ ਹੈ, ਮਾਲਕ ਦਾ ਮਿਲਾਪ ਮੰਗਣਾ ਹੈ। ਅਜਿਹੇ ਗੁਰਮੁਖ ਮੰਗਣੇ ਨੇ ਜੋ ਨਾਮ ਦੇ ਵਿੱਚ ਭਿੱਜੇ ਹੋਏ ਨੇ। ਪਰ ਅਸੀਂ ਆਪਣੇ ਜੀਵਨ ਦੇ ਸਫ਼ਰ ਦੇ ਦੌਰਾਨ ਅਜਿਹੀ ਕਦੇ ਵੀ ਕੋਈ ਵੀ ਚੀਜ਼ ਨਹੀਂ ਮੰਗੀ। ਸੁੱਖ ਤਾਂ ਅਸੀਂ ਸਾਰੇ ਚਾਹੁੰਦੇ ਹਾਂ ਤੇ ਸੁੱਖ ਪ੍ਰਾਪਤ ਕਰਨ ਵਾਸਤੇ ਅਸੀਂ ਕਈ ਉਪਰਾਲੇ ਵੀ ਕੀਤੇ, ਪਰ ਉਹ ਉਪਰਾਲੇ ਸਾਡੇ ਸਾਰੇ ਹੀ ਵਿਅਰਥ ਚਲੇ ਗਏ, ਕਿਉਂਕਿ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਮੋਹਰ ਲਗਾਈ ਹੈ ਕਿ ਜਿੱਥੋਂ ਤੁਸੀਂ ਸੁੱਖ ਭਾਲਦੇ ਹੋ ਇੱਥੇ ਸੁੱਖ ਨਹੀਂ ਹੈ, ਇਹ ਦੁੱਖ ਦਾ ਕਾਰਨ ਹੈ। ਤਾਂ ਕਰਕੇ ਮਹਾਰਾਜ ਕਹਿੰਦੇ ਨੇ ਕਿ ਸਵਾਸ ਗ੍ਰਾਸ ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਕਰੋ ਜਿਹਦੇ ਨਾਲ ਤੁਹਾਨੂੰ ਹਮੇਸ਼ਾ ਹੀ ਤੁਹਾਡੇ ਮਨ ਦੇ ਵਿੱਚ ਚੜ੍ਹਦੀ ਕਲਾ ਰਹੇਗੀ ਤੇ ਸੁੱਖ ਬਣਿਆ ਰਹੇਗਾ।